की मूर्त है जाग आयो। लोग सुनो पर लोग सुनो बिद लोग सुनो सब दर्शन पायो। संगत पार उतारण को गुरु नानक साहिब पंथ चलायो। वाहेगुरु श्री गुरु नानक साहिब तार के मूर्त है जाग आयो। आदि परम गुरुदेव को वंदन वाहेगुरु मुख माहे आचारी दोए कर जोर करो चरणा पर जाम सदा गुरु को बिहारी। कान सुने उपमा गुरु की गुर मूरत ध्यान हृदय निहतारी। वाहेगुरु श्री गुरु नानक साहिब सेवक सरण कही दरबारी। दंडौत वंदन अंतवार सर्व कला सम्राट डोलन ते राखो प्रभु नानक दे का हाथ। ज्ञान अंजन गुर दिया अज्ञान अंधेर बनास हर कृपा ते संत पेटिया नानक मन परवास। मुख उचरै शास्त्र खट पिंग गिरन चढ़ जाए अंध लगै बदरो सुने जो काल कृपा कराए। गुरु नानक पुरशोत्तम परंपरा गुरनाथ जुगल चरण वंदना तार कर तार परमाथ। गुरु नानक सुख सिंधु को हाथ जोर प्रणाम जिस करना ते बढ़ हगी पाव है कात विश्राम। श्री वाहे गुरु साहेब जीओ। जैत सरी महला पंजवा वार श्लोका नाल एक ओंकार सतगुर प्रसाद। श्लोक आदि पूरन मध्य पूरन अंत पूरन परमेश्वर सिमरंत संत सर्वत्र रमण नानक अग्नासन जगदीश्वर। आदि पूरन मध्य पूरन अंत पूरन परमेश्वर सिमरंत संत सर्वत्र रमण नानक अग्नासन जगदीश्वर। पेखन सुनन सुनावनो मन मन दृढ़ियाय साच पूर रहो सर्वत्र मैं नानक हर रंग राच। पावड़ी हर एक निरंजन गाई सब अंतर सोई करण कारण समरथ प्रभ जो करे सो होए। खिन मह थाप उठाप जा तिस बिन नहीं कोई खंड ब्रह्मांड पाताल दीप रव्या सब लोई। जिस आप बुझाए सो बुझसी निर्मल जन सोई। खिन मह थाप उठाप जा तिस बिन नहीं कोई खंड ब्रह्मांड पाताल दीप रव्या सब लोई। जिस आप बुझाए सो बुझसी निर्मल जन सोई। वाहेगुरु जी का खालसा वाहेगुरु जी की फतेह।
ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਵੱਡਿਆਂ ਭਾਵਾਂ ਵਾਲੇ ਹੋ ਜੋ ਗੁਰੂ ਸਾਹਿਬ ਦੀ ਮਿਹਰ ਕਿਰਪਾਲਤਾ ਦਾ ਸਦਕਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਹਾਨ ਸਤਿਕਾਰ ਯੋਗ ਪਿਤਾ ਜੀ ਦੀ ਯਾਦ ਵਿੱਚ ਰਵਿੰਦਰ ਸਿੰਘ ਦਮੇਲੀ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ਦੀ ਸੇਵਾ ਚਲਾ ਰਹੀ ਹੈ। ਗੁਰੂ ਮਹਾਰਾਜ ਨੇ ਮਹਾਨ ਕਿਰਪਾ ਕੀਤੀ, ਰਾਗੀ ਸਿੰਘਾਂ ਨੇ ਬੜੇ ਪਿਆਰ ਦੇ ਨਾਲ ਅੰਮ੍ਰਿਤ ਰੂਪੀ ਬਾਣੀ ਦਾ ਆਪ ਜੀ ਨੂੰ ਕੀਰਤਨ ਸ਼ਰਵਣ ਕਰਵਾਇਆ ਹੈ। ਗਿਆਨੀ ਜੀ ਨੇ ਬੜੇ ਪਿਆਰ ਨਾਲ ਮਹਾਰਾਜ ਦਾ ਪਵਿੱਤਰ ਸ਼੍ਰੀ ਮੁੱਖ ਵਾਕ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਨਿਸ਼ਚਿਤ ਸਮੇਂ ਦੇ ਅਨੁਸਾਰ ਆਪਾਂ ਰਲ ਮਿਲ ਕੇ ਗੁਰੂ ਮਹਾਰਾਜ ਦੀ ਬਾਣੀ ਸ਼ਬਦ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰਨਾ ਹੈ। ਇਹ ਜੋ ਸ਼ਬਦ ਹੈ, ਜਦੋਂ ਸਹਿਜ ਪਾਠ ਜਾਂ ਸ਼੍ਰੀ ਅਖੰਡ ਪਾਠ ਸਾਹਿਬ ਸਪਤਾਹ ਪਾਠ ਸੰਪਟ ਪਾਠ ਕੋਈ ਵੀ ਪਾਠ ਹੋਵੇ ਜਾਂ ਸੰਥਿਆ ਦੇ ਰੂਪ ਵਿੱਚ ਅਤੇ ਆਮ ਸਿੱਖ ਸੰਗਤਾਂ ਵਿੱਚ ਗੁਰੂ ਮਹਾਰਾਜ ਦੇ ਧੰਨਵਾਦ ਵਾਸਤੇ ਸ਼੍ਰੀ ਕੜਾਹ ਪ੍ਰਸ਼ਾਦ ਦੀ ਦੇਵ ਸ੍ਰੀ ਜਪਜੀ ਸਾਹਿਬ ਆਨੰਦ ਸਾਹਿਬ ਪੜ੍ਹਦਿਆਂ ਹੋਇਆਂ ਤਿਆਰ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਸਜਾ ਕੇ ਇੱਥੇ ਮੱਧ ਦੇ ਭੋਗ ਦੀ ਅਰਦਾਸ ਗ੍ਰੰਥੀ ਸਿੰਘ ਕਰਦੇ ਹਨ। ਔਰ ਇਹਦੇ ਵਿੱਚ ਗੁਰੂ ਮਹਾਰਾਜ ਨੇ ਪਰਮੇਸ਼ਰ ਦੇ ਬਾਰੇ ਵਰਣਨ ਕਰਕੇ ਦੱਸਿਆ ਹੈ ਕਿ ਉਹ ਪਰਮੇਸ਼ਰ ਚਾਹੇ ਭੂਤਕਾਲ ਹੈ, ਵਰਤਮਾਨ ਜਾਂ ਭਵਿੱਖ ਕਾਲ ਹੈ, ਸਾਰਿਆਂ ਸਮਿਆਂ ਦੇ ਵਿੱਚ ਉਹ ਪਰਿਪੂਰਨ ਹੈ। ਜਿਸ ਤਰ੍ਹਾਂ ਆਕਾਸ਼ ਚਾਰ ਫੇਰੇ ਨਜ਼ਰ ਆ ਰਿਹਾ ਹੈ, ਆਕਾਸ਼ ਤੋਂ ਤੈਨੂੰ ਕੋਈ ਐਸੀ ਜਗ੍ਹਾ ਨਜ਼ਰ ਨਹੀਂ ਆਉਂਦੀ, ਔਰ ਜਿਸ ਪਰਮਾਤਮਾ ਨੇ ਕਰੋੜਾਂ ਹੀ ਖੰਡ ਬ੍ਰਹਿਮੰਡ ਰਚੇ ਹੋਏ ਹੈ, ਉਸ ਦੀ ਜਿਹੜੀ ਵਿਆਪਕਤਾ ਇੱਕ ਆਕਾਸ਼ ਦਾ ਅੰਤ ਨਹੀਂ, ਅਤੇ ਜਿਹੜਾ ਇਹਨਾਂ ਸਾਰਿਆਂ ਨੂੰ ਬਣਾਉਣ ਵਾਲਾ ਪਾਤਾਲ ਪਾਤਾਲ ਲੱਖ ਆਕਾਸਾਂ ਆਕਾਸ ਕੋੜ ਕੋੜ ਪਾਤ ਕੇ ਵੇਦ ਕਹਿਣ ਇੱਕ ਬਾਤ, ਇੱਕੋ ਹੀ ਬਾਤ ਗੱਲ ਕਹੀ ਹੈ, ਉਹਦਾ ਉੜ ਕੰਤ ਪਾਲ ਦੇ ਥੱਕ ਗਏ ਪਰ ਉਸਦਾ ਅੰਤ ਨਹੀਂ ਆਇਆ। ਅੰਤ ਨਾ ਅੰਤਾ ਸਦਾ ਬੇਅੰਤਾ, ਅੰਤ ਕੋ ਜਾਣ ਜੋ ਗਏ ਸੇ ਆਏ ਅੰਤ ਗਵਾਏ ਜੀ, ਜਿਹੜੇ ਵੀ ਅੰਤ ਲੈਣ ਗਏ ਉਹਨਾਂ ਦਾ ਅੰਤ ਹੋ ਗਿਆ, ਉਹਦਾ ਅੰਤ ਨਹੀਂ ਪਾ ਸਕੇ। ਜਿਵੇਂ ਹੁਣ ਲੂਣ ਦੀ ਡਲੀ ਨੂੰ ਕਿਸੇ ਡੋਰੀ ਨਾਲ ਬੰਨ ਕੇ ਸਮੁੰਦਰ ਸੁੱਟਿਆ ਜਾਏ, ਇਹ ਸਮੁੰਦਰ ਦੀ ਡੰਗਾਈ ਦੇਖੀ ਜਾਏ ਕਿੰਨੀ ਕੁ ਲਈ ਗਈ ਪੁੱਤਰੀ ਲਵਣ ਕੀ ਥਾ ਸਿੰਧ ਕੀ ਲੈਣ, ਸਮੁੰਦਰ ਦਾ ਅੰਤ ਲੈਣ ਚਲੇ ਗਈ। ਪਾਣੀ 'ਚੋਂ ਲੂਣ ਪੈਦਾ ਹੋਇਆ ਉਹ ਖੁਰਕ
ਕੇ ਪਾਣੀ ਵਿੱਚ ਮਿਲ ਗਈ ਤੇ ਆ ਕੇ ਦੱਸੇ ਕੌਣ ਕਿ ਸੁੰਦਰ ਦਾ ਅੰਤ ਕਿੰਨਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਕਿ ਪਰਮਾਤਮਾ ਦਾ ਅੰਤ ਲਿਆ ਜਾਏ, ਉਹਨਾਂ ਦਾ ਆਪਣਾ ਅੰਤ ਹੋ ਗਿਆ, ਪਰਮਾਤਮਾ ਦਾ ਅੰਤ ਨਹੀਂ ਪਾਇਆ ਗਿਆ। ਸੋ ਇਸ ਵਾਸਤੇ ਮਹਾਰਾਜ ਸ਼ਬਦ ਦੀ ਵਿਚਾਰ ਵਿੱਚ ਸਾਰੀ ਗੱਲਬਾਤ ਜਿਹੜੀ ਹੈ ਸਮਝਾ ਰਹੇ ਅਤੇ ਜਿਨ੍ਹਾਂ ਨੂੰ ਪਰਮਾਤਮਾ ਬਾਰੇ ਸੋਝੀ ਗਿਆਨ ਦੀ ਪ੍ਰਾਪਤੀ ਹੋਈ ਉਹ ਤਾਂ ਵੀ ਉਹਦੇ 'ਚ ਮਿਲ ਕੇ ਉਹਦਾ ਸਰੂਪ ਹੋ ਗਿਆ। ਜੁਦਾਈ ਵਾਲੀ ਗੱਲ ਹੀ ਨਹੀਂ ਰਹਿ, ਇੱਕ ਮਿਕ ਹੋ ਗਿਆ। ਉਹ ਹੁਣ ਦੂਸਰੀ ਗੱਲ ਕੀ ਕਰ, ਇਸ ਵਾਸਤੇ ਉਹਦਾ ਵੀ ਆਪਾ ਭਾਵ ਮਿਟਾ ਕੇ ਉਸ ਪਰਮਾਤਮਾ ਵਿੱਚ ਅਭੇਦ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਆਪਣੀ ਰਸਨਾ ਤੋਂ ਬਖਸ਼ਿਸ਼ ਕਰਦੇ ਹਨ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੈ ਤਸਰੀ ਮਹਲਾ ਪੰਜਵਾ। ਵਾਰ ਸਲੋਕਾ ਨਾਲ ਜੈ ਸ੍ਰੀ ਰਾਗ ਹੈ ਪੰਚਮ ਪਾਤਸ਼ਾਹ ਜੀ ਉਹਨਾਂ ਦੇ ਮੁਖਾਰ ਬਿੰਦ ਤੋਂ ਬਖਸ਼ਿਸ਼ ਹੋਈ ਹੈ। ਔਰ ਇਹ ਜਿਹੜੀ ਵਾਰ ਆ ਸਲੋਕਾਂ ਦੇ ਨਾਲ ਹੈ, ਕਈ ਵਾਰਾਂ ਜਿਵੇਂ ਹੁਣ ਬਸੰਤ ਦੀ ਵਾਰ ਹੈ ਉਹਦੀਆਂ ਤਿੰਨ ਪੌੜੀਆਂ ਹੀ ਹਨ, 22 ਵਾਰਾਂ ਲੱਗੀਆਂ। ਇਸ ਤਰ੍ਹਾਂ ਜਿਹੜੀ ਜੈਤ ਸ੍ਰੀ ਦੀ ਵਾਰ ਹੈ ਇਹ ਸਲੋਕਾਂ ਦੇ ਨਾਲ ਹੈ, ਜਿਹੜੇ 22 ਵਾਰਾਂ ਤੋਂ ਸ਼ਬਦ ਵੱਧ ਗਏ ਸੀ ਉਹ ਫਿਰ ਇਸ ਸਿਰਲੇਖ ਥੱਲੇ ਲਿਖ ਦਿੱਤੇ ਆ, ਸਲੋਕ 12 ਤੋਂ ਵਧੀਕ। ਜਿਹੜੇ 22-12 ਤੋਂ ਵਧੀਕ ਮੈਨੇ ਵਧੇ ਹੋਏ ਸਲੋਕ ਸੀ ਨਾ, ਬਾਕੀ ਤਾਂ 22-12 'ਚ ਫਿੱਟ ਹੋ ਗਏ ਨਾ। ਜਿਹੜੇ ਵੱਧ ਗਏ ਸੀ ਉਹਨਾਂ ਦੇ ਉੱਪਰ ਇਹ ਸਿਰਲੇਖ ਲਿਖ ਕੇ ਹੈਡਿੰਗ ਲਿਖ ਕੇ ਦੱਸ ਦਿੱਤਾ ਵੀ ਇਹ ਸਲੋਕ ਜਿਹੜੇ ਸੀ ਬਾਣੀ ਦੇ 22-12 ਨੂੰ ਵੱਧ ਗਏ ਸੀ ਇਹ ਹੁਣ ਇੱਥੇ ਲਿਖੇ ਗਏ। ਉੱਥੋਂ ਆਪੇ ਸੰਕੇਤ ਦਾ ਇਸ਼ਾਰਾ ਸਮਝ ਆ ਜਾਂਦਾ ਕਿ 22-12 ਤੋਂ ਵੱਧ ਗਏ ਸੀ ਉਹ 22-12 ਫਿੱਟ ਕਰਤੇ, ਜਿਹੜੇ ਸਲੋਕ ਵਧੇ ਸੀ ਉੱਥੇ ਦਰਜ ਕਰਤੇ। ਹੁਣ ਇਹ ਜਿਹੜੀ ਵਾਰ ਹੈ ਇਹ ਸਲੋਕਾਂ ਦੇ ਸਮੇਤ ਹੈ, ਕਿਉਂ ਕਈ ਵਾਰਾਂ 'ਚ ਨਹੀਂ ਦਿੱਤਾ, ਇੱਥੇ ਦਿੱਤਾ ਗਿਆ, ਇਸ ਕਰਕੇ ਨਾਲ ਇਸ਼ਾਰਾ ਦੇ ਗਿਆ। ਜਿਸ ਤਰ੍ਹਾਂ ਬਾਬ ਨਖਰੀ ਦੀ ਬਾਣੀ ਆਦਿ ਵਿੱਚ ਵੀ ਇਹ ਲਿਖਿਆ ਹੋਇਆ, ਗੁਰਦੇਵ ਮਾਤਾ ਗੁਰਦੇਵ ਪਿਤਾ, ਜਿੱਥੇ ਬਾਬ ਨਖਰੀ ਦੀ ਸੰਪੂਰਨਤਾ ਹੋਈ ਉੱਥੇ ਫਿਰ ਲਿਖਿਆ ਹੋਇਆ। ਆਮ ਬੰਦਾ ਪੜ੍ਹੇਗਾ ਸ਼ੱਕ ਕਰੇਗਾ ਵੀ ਦੋ ਵਾਰੀ ਇੱਕੋ ਹੀ ਲਿਖ ਦਿੱਤਾ, ਅਤੇ ਨਾਲ ਸ਼ੰਕੇ ਨੂੰ ਨਿਵਿਰਤ ਕਰਨ ਲਈ ਲਿਖ ਗਏ ਇਹ ਸਲੋਕ ਆਦਿ ਅੰਤ ਪੜ੍ਹਨ, ਅਤੇ ਜਦੋਂ ਬਾਬ ਨਖਰੀ ਦਾ ਪਾਠ ਕਰਨਾ ਉਹਦੇ ਆਦਿ 'ਚ ਵੀ ਪੜ੍ਹਨਾ, ਬਾਣੀ ਦੀ ਸੰਪੂਰਨਤਾ ਵੇਲੇ ਵੀ ਪੜ੍ਹਨਾ, ਇਹ ਸ਼ੰਕਾ ਨਹੀਂ ਕਰਨੀ ਇਹ ਦੋ ਵਾਰੀ ਕਿਉਂ ਲਿਖ ਦਿੱਤਾ। ਜਿਵੇਂ ਸੰਪਟ ਦੇ ਵਿੱਚ ਡੱਬੇ ਦੇ ਵਿੱਚ ਕੋਈ ਗਹਿਣਾ ਰੱਖੀਦਾ, ਇਸੇ ਤਰ੍ਹਾਂ ਇਹ ਬਾਣੀ ਇਹ ਸੰਪਟ ਦੇ ਵਿੱਚ ਰੱਖ ਦਿੱਤੀ ਹੈ। ਸੋ ਇਸ ਵਾਸਤੇ ਉੱਥੇ ਮਹਾਰਾਜ ਨੇ ਇਸ਼ਾਰਾ ਦੇ ਦਿੱਤਾ ਕਿ ਇਹ ਸਲੋਕ 'ਤੇ ਕੋਈ ਸ਼ੱਕ ਨਾ ਕਰਿਓ,
ये दो बारी कोई ले दिता नाल लिता भी आदि भी पढ़ना ते अखीर बाणी की संपूर्णता वेले भी पढ़ना। इस तरह हम इतने विशंके का भाव सुना हो महाराज लिया गया कि जैत श्री दी वार है ये श्लोकों के समेत है। एक ओंकार सतगुर प्रसाद मंगलाचरण कर दे मंगल ना किया जाए पूजन ना किया जाए ये आम लोगों से शंका होगी जड़ा ग्रंथ करता वो कोई नास्तक बंदा है उदा गुरु केल जां परमेश्वर ते भरोसा है। महाराज ने अपनी आस्तक भावना मुख रख दिया ऐसा कुछ कल्पना करे उस परमात्मा का मंगलाचरण किया जिमें सनातनी मत च गणेश द्वारा मंगल करते गणेश की पूजा करते ओम श्री गणेश आए नमः कई ने दुकाना से भी वो निशान बनाया हम चीटे जाए वो गणेश का चिन्ह आम जड़िया बहियां जन्म कुंडलियां जन्म पत्रे बनाते उन्होंने भी वो निशान होता वो गणेश का चिन्ह जो ग्रंथ लिया है उत्थे भी उदाव पूजन कर दे ते जान जो राम चंद्र दा कर दे ओम श्री जान की बलवा स्वाहा। पर गुरु घर दे विच एक परमात्मा दा मंगलाचरण कीता उहदी पूजा कीती है कि वाहिगुरु परमेश्वर जी एकां ओंकार प्रकाश रूप है सतगुर प्रसाद सतगुरां दी प्रसाद कृपा द्वारा उस परमात्मा बारे रूहानियत दे भेद खुलते है सोझी आती है। मंगल तीन तरह के एक तां वस्तु निर्देश है परमात्मा बारे कथन करना निर्देश एक नमस्कार है नमस्कार गुरुदेव को गुरु नमस्कार करना आशीर्वाद जरा नमस्कार का आशीर्वाद मिलते माँ प्यो मत्था टेकोगे तेरी उम्र लंबी हो गया तेनू रब विद्या दे तू माँ प्यो का सेवादार बने जिहड़ी गुरु जना महात्मा जना नूं नमस्कार है वह कहणगे तैनू परमात्मा चेते आवे तैनू सिखी सदक भरोसा प्राप्त होवे वो इस तरह की आशीर्वाद देणगे। तीसरा फिर जिहड़ा आशीर्वाद आत्मक है दूसरा नमस्कार आत्मक है वो मंगलाचरण करके फिर बाणी की आरंभता करते हैं लोक आदि पूर्ण मध्य पूर्ण अंत पूर्ण परमेश्वर है वो परमेश्वर है वेदा च भी लिखा हूँ पूर्ण मदा पूर्ण इस तरह उन्होंने भी दिता हुआ फिर बाणी च भी दस दे आदि पूर्ण वो जदों सृष्टि की रचना नहीं सी ना की आदि मुढ़ कदीम तो पूर्ण है बंदे नूं पूर्ण बन वास्ते बड़ी मेहनत करनी पैंदी ते जदों उन्हूं अपने आत्मा का ज्ञान हो जाए उन्होंने भी कहते पूर्ण ब्रह्म ज्ञानी हो गया
ਤੇ ਜਿਹੜਾ ਪਰਮੇਸ਼ੁਰ ਆ ਉਹਨੂੰ ਤਾਂ ਐਸਾ ਨਹੀਂ ਨਾ ਵੀ ਉਹ ਵੀ ਕੋਈ ਮਿਹਨਤ ਵਗੈਰਾ ਅਸੀਂ ਕਰੇ ਫਿਰ ਪੂਰਨ ਹੋਵੇ। ਉਹ ਤਾਂ ਹਮੇਸ਼ਾ ਹੀ ਪੂਰਨ ਹੈ, ਉਦੋਂ ਰੱਖਣ ਵਿੱਚ ਹੈ ਹੀ ਨਹੀਂ, ਆਦ ਵਿੱਚ ਵੀ ਪੂਰਨ ਹੈ। ਜਦੋਂ ਸ੍ਰਿਸ਼ਟੀ ਨਹੀਂ ਸਾਜੀ ਸੀ, ਮੱਧ ਜਦੋਂ ਸਾਰੀ ਰਚਨਾ ਕਰ ਦਿੱਤੀ, ਦਰਮਿਆਨੀ ਅਵਸਥਾ ਉਸ ਵੇਲੇ ਵੀ ਪੂਰਨ ਹੈ, ਉਹਦੀ ਪੂਰਨਤਾਰੀ 'ਚ ਕੋਈ ਕਮੀ ਨਹੀਂ ਆਈ, ਕੋਈ ਘਾਟ ਨਹੀਂ ਆਈ। ਅੰਤ ਪੂਰਨ ਪਰਮੇਸ਼ੁਰ ਹੈ, ਅੰਤ ਜਦੋਂ ਪਰਲੋ ਹੋ ਜਾਂਦੀ ਕੁਝ ਵੀ ਨਹੀਂ ਰਹਿੰਦਾ, ਉਸ ਵੇਲੇ ਵੀ ਪੂਰਨ ਹੈ। ਉਹਦੀ ਪਰਫੈਕਟਤਾ ਪੂਰਨਤਾਈ ਦੇ ਵਿੱਚ ਕੋਈ ਘਾਟ ਵੱਧ ਨਹੀਂ ਹੁੰਦੀ। ਉਹ ਤਿੰਨਾਂ ਕਾਲਾਂ 'ਚ ਤਿੰਨੇ ਸਮਿਆਂ 'ਚ ਹਮੇਸ਼ਾ ਪਰਿਪੂਰਨ ਹੈ। ਸਿਮਰੰਤ ਸੰਤ ਸਰਬਤਰ ਰਮਨੰ। ਜਿਹੜੇ ਸੰਤ ਜਾਣੇ ਉਹਦਾ ਸਿਮਰੰਤ ਨੇ ਉਹਦਾ ਸਿਮਰਨ ਕਰਦੇ ਆ, ਜਿਹੜੇ ਉਹਨੂੰ ਮੂਰਤੀ ਦੇ ਆਕਾਸ਼ਕ ਆ ਉਹ ਮੂਰਤੀ ਵਿੱਚ ਕਲਪਨਾ ਕਰਕੇ ਫਿਰ ਉਹਦਾ ਸਿਮਰਨ ਕਰਦੇ। ਕਈ ਹੈ ਉਹ ਜਿਹਨੂੰ ਗੁਰੂ ਮੰਨਦੇ ਆ ਉਹਦੀ ਫੋਟੋ ਗਲ ਦੇ ਵਿੱਚ ਮੜਾ ਕੇ ਪਾ ਲੈਂਦੇ ਛੋਟੀ ਜਿਹੀ, ਜਾਂ ਪੱਥਰ ਦੀ ਬਣਾ ਕੇ। ਇਸ ਵਾਸਤੇ ਗੱਲ ਮੈਂ ਪਾਉਣ ਲੈ ਲਟਕਾਵੇ ਇਉਂ ਲਟਕਾ ਲੈਂਦੇ ਆ। ਉਹ ਪਿਓ ਨਾਂ ਦਾ ਹੀ ਧਿਆਨ ਕਰਦੇ ਆ ਤੇ ਮਾਰੇ ਹੁੰਦੇ ਆ। ਸੰਤ ਕਿਵੇਂ ਕਰਦੇ ਆ? ਕਹਿੰਦੇ ਜਿਹੜੇ ਸੰਤ ਹਨ ਉਹਨੂੰ ਹਰ ਜਗ੍ਹਾ ਪਰਿਪੂਰਨ ਵਿਆਪਕ ਜਾਣ ਕੇ ਉਸ ਪਰਮਾਤਮਾ ਦਾ ਧਿਆਨ, ਉਸ ਪਰਮਾਤਮਾ ਦਾ ਭਜਨ ਕਰਦੇ ਆ। ਜਿਵੇਂ ਉਹ ਦੋ ਚੇਲੇ ਸੀ ਸੰਤਾਂ ਕੋ ਆਇਆ, ਇਹ ਮਹਾਰਾਜ ਸਾਨੂੰ ਬ੍ਰਹਮ ਗਿਆਨ ਬਖਸ਼ੋ। ਉਹ ਕਹਿੰਦੇ ਵੀ ਆ ਕਬੂਤਰ ਲੈ ਜਾਓ, ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਦੇਖਦਾ ਨਹੀਂ। ਇੱਕ ਗਿਆ ਜਿੱਥੇ ਸਰਕੜਾ ਜਿਹਾ ਸੀ, ਉੱਥੇ ਜਾ ਕੇ ਕੌਣ ਰੋੜ ਕੇ ਲਾਇਆ ਵੀ ਇੱਥੇ ਕੌਣ ਦੇਖਦਾ। ਦੂਜਾ ਕਹਿੰਦਾ ਵੀ ਆ ਜੰਗਲ ਦੇ ਜਾਨਵਰ ਬਨਸਪਤੀ, ਮੈਂ ਇਹਨੂੰ ਦੇਖਦਾ ਮੈਨੂੰ ਦੇਖਦਾ। ਇਹ ਕਹਿੰਦਾ ਚਲੋ ਮੈਂ ਅੱਖਾਂ ਦੀ ਪੱਟੀ ਬੰਨ ਲੈਣਾ ਮੈਂ ਨਾ ਦੇਖਾਂ। ਇਹ ਕਹਿੰਦਾ ਵੀ ਪਰਮਾਤਮਾ ਸਾਰੇ ਦੇਖਦਾ। ਉਹ ਲੈ ਕਹਿੰਦੇ ਸੁਣਾ ਵੀ ਭਗਤੋ, ਕਹਿੰਦੇ ਮੈਂ ਤਾਂ ਮਾਰਾ ਉੱਥੇ ਮਾਰ ਕੇ ਲਿਆ ਜਿੱਥੇ ਕੋਈ ਵੀ ਨਹੀਂ ਦੇਖਦਾ ਸੀ। ਉਹ ਦੂਜੇ ਨੂੰ ਪੁੱਛਿਆ, ਉਹ ਕਹਿੰਦਾ ਮਾਰਾ ਮੈਨੂੰ ਕੋਈ ਜਗ੍ਹਾ ਲੱਜੀ ਨਹੀਂ ਜਿੱਥੇ ਕੋਈ ਨਾ ਦੇਖਦਾ ਹੋਵੇ। ਕਹਿੰਦੇ ਇਹ ਬ੍ਰਹਮ ਗਿਆਨ ਜਿਹੜਾ ਹਰ ਜਗ੍ਹਾ ਪਰਮਾਤਮਾ ਨੂੰ ਦੇਖਣਾ, ਬ੍ਰਹਮ ਗਿਆਨੀ ਦੀ ਇਹ ਦ੍ਰਿਸ਼ਟੀ ਹੈ। ਉਹ ਚਾਰ ਚੁਫੇਰੇ ਉਸੇ ਨੂੰ ਦੇਖਦਾ ਜਿਵੇਂ ਭਾਈ ਨੰਦ ਲਾਲ ਜੀ ਦੀ ਅਵਸਥਾ ਬਣ ਗਈ ਸੀ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ। ਕਹਿੰਦੇ ਸਾਰਿਆਂ ਵਿੱਚ ਰੂਹ ਆਤਮਾ ਵੀ ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਸਾਰਿਆਂ ਦੇ ਸਰੀਰ 'ਤੇ ਵੀ ਜਲਵਾ ਉਸੇ ਦਾ ਹੀ। ਇਹ ਆ ਗਿਆਨ ਦ੍ਰਿਸ਼ਟੀ। ਆਮ ਜਿਹੜਾ ਬੰਦਾ ਜਿੱਥੇ ਤਾਂ ਉਹਨੂੰ ਸੁਨੇਹ ਹੈ ਉੱਥੇ ਦਾ ਹੋਵੇਗਾ, ਜਿੱਥੇ ਬਹਿ ਰਿਹਾ ਉੱਥੇ ਥੋੜ੍ਹੀ ਦੇਰ ਦਾ ਵੀ ਰੱਬੇ। ਉਹਦਾ ਫਿਰ ਕਬੀਰ ਸਾਹਿਬ ਦੀ ਦ੍ਰਿਸ਼ਟੀ ਹੈ ਨਾ, ਜੋ ਸਾਧ ਸਭ ਬ੍ਰਹਮ ਪਛਾਣਨ ਵਾਲੀ ਕਿਰਿਆ ਬਣ ਗਈ ਸੀ। ਸੰਤ ਕਹਿਣ ਲੱਗੇ ਭਾਈ ਤੂੰ ਬ੍ਰਹਮ ਗਿਆਨ ਦਾ ਅਧਿਕਾਰੀ ਹੈ, ਫਿਰ ਤੈਨੂੰ ਹਰ ਜਗ੍ਹਾ ਪਰਮਾਤਮਾ ਨਜ਼ਰ ਆ ਰਿਹਾ, ਬਾਕੀ ਜਿਹੜੇ ਆ
ਭਗਤਾਂ ਦੀਆਂ ਵੀ ਅਵਸਥਾ ਹੈਗੀਆਂ। ਇੱਕ ਤਾਂ ਅਰਦਾਸ ਹੀ ਆ ਮਾਇਆ ਵਾਸਤੇ ਸੇਵਾ ਜਾਂ ਕੋਈ ਪਾਠ ਪੂਜਾ ਕਰਦੇ, ਇੱਕ ਆਰਤ ਦੁੱਖ ਦੀ ਨਿਵਿਰਤੀ ਵਾਸਤੇ ਮੇਰਾ ਦੁੱਖ ਹਟ ਜਾਵੇ, ਇੱਕ ਜਿਗਿਆਸੂ ਹੈ ਜਿਹੜੇ ਰੱਬ ਦੇ ਮਿਲਾਪ ਦੀ ਇੱਛਾ ਵਾਲੇ ਅਤੇ ਸਾਨੂੰ ਉਹਦੀ ਪ੍ਰਾਪਤੀ ਹੋ ਜਾਵੇ, ਚੌਥੇ ਦਰਜੇ ਦੇ ਜਿਹਨਾਂ ਨੂੰ ਪ੍ਰਾਪਤ ਹੋ ਗਿਆ ਉਹ ਸਾਰਿਆਂ ਵਿੱਚ ਉਹਦੀ ਜੋਤ ਆਤਮਾ ਜਾਣ ਕੇ ਉਹਦਾ ਭਜਨ ਬਣੀ ਕਰਦੇ ਹੈ। ਉਹ ਜਿਹੜੇ ਲੋਕ ਉਹਨਾਂ ਨੂੰ ਸੰਤ ਕਿਹਾ ਜਾਂਦਾ, ਜਿਹੜੇ ਸੰਤ ਆ ਸਰਵੱਤਰ ਹਰ ਜਗ੍ਹਾ ਉਸ ਨੂੰ ਵਿਆਪਕ ਜਾਣ ਕੇ ਉਹਦਾ ਧਿਆਨ ਉਹਦਾ ਸਿਮਰਨ ਕਰਦੇ ਹਨ। ਨਾਨਕ ਅਗਨਾਸਨ ਜਗਦੀਸ਼ਰਨ, ਉਹ ਜੋ ਜਗਤ ਦਾ ਈਸ਼ਵਰ ਆ ਨਾ ਉਹਦੇ ਨਾਮ ਦਾ ਭਜਨ ਕਰਨੇ ਹਾਂ, ਜਿਹਨੇ ਅਗ ਮੈਨੇ ਪਾਪ ਆ ਉਹ ਨਾਸਨ ਮੈਨੇ ਨਾਸ ਹੋ ਜਾਂਦੇ ਆ, ਅਤੇ ਜੇ ਸਿਮਰਨ ਦੀ ਬਰਕਤ ਨਾਲ ਪਾਪ ਨਾਸ ਨਾ ਹੋਣ ਤਾਂ ਫਿਰ ਸਿਮਰਨ ਕਰਦਾ ਫਲ ਕੀ ਹੋਇਆ। ਅਤੇ ਜੇ ਦੀਵਾ ਬਾਲਿਆ ਵੀ ਹਨੇਰਾ ਨਾ ਗਿਆ ਇਹ ਤਾਂ ਬਾਲਿਆ ਨਾ ਬਾਲਿਆ ਪੂਰਾ ਪੂਰੀ, ਪਰ ਦੀਵਾ ਵਾਲੇ ਹਨੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ, ਜਿਹੜਾ ਸ਼ੁਭ ਗ੍ਰੰਥਾਂ ਦਾ ਪਾਠ ਹੈ ਉਹ ਪਾਪਾਂ ਨੂੰ ਖਾ ਜਾਂਦਾ। ਇੱਕੋ ਲੜਕੀ ਬੜੀ ਸ਼ਰਧਾਲੂ ਸੀ, ਗੁਰੂ ਮਹਾਰਾਜ 'ਤੇ ਉਹਦਾ ਬੜਾ ਸਿੱਧਕ ਭਰੋਸਾ ਵਿਸ਼ਵਾਸ ਸੀ, ਸੱਸ ਦਾ ਸੁਭਾਅ ਥੋੜ੍ਹਾ ਜਿਹਾ ਇਸ ਤਰ੍ਹਾਂ ਸੀ ਨਾਸਤਿਕ ਵਿਰਤੀ, ਉਹਦੇ ਘਰ ਵਾਲਾ ਜਿਹੜਾ ਸੀ ਉਹ ਬੜਾ ਬਿਮਾਰ ਰਹਿੰਦਾ ਸੀ, ਦਵਾਈ ਬੂਟੀ ਕਰਾਈ ਪਰ ਕੋਈ ਫਰਕ ਆਰਾਮ ਨਹੀਂ ਹੋ ਰਿਹਾ ਸੀ। ਉਹ ਸੱਸ ਨੇ ਮਿਹਣੇ ਮਾਰਨ ਬਿਮਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਕਰਦੀ ਰਹਿੰਦੀ, ਇਹ ਮੇਰੇ ਪੁੱਤ ਨੂੰ ਤੇਰੇ ਘਰ ਵਾਲੇ ਤੋਂ ਕੋਈ ਆਰਾਮ ਨਹੀਂ ਆ ਰਿਹਾ। ਉਹ ਕਹਿੰਦੇ ਮਾਤਾ ਜੀ ਆਪੋ ਆਪਣੇ ਕਰਮਾਂ ਦਾ ਹੀ ਹੈ, ਇਹਦੇ ਮਹਾਰਾਜ ਦਾ ਤਾਂ ਕੋਈ ਦੋਸ਼ ਕਸੂਰ ਨਹੀਂ, ਪਰ ਉਹਦਾ ਸੁਭਾਅ ਇਹ ਸੀ ਉਹਨੇ ਸਹਿਣ ਕਰੀ ਜਾਣਾ, ਆਪਣੇ ਬਾਣੀ ਪੜ੍ਹੀ ਜਾਣੀ ਭਜਨ ਬਾਣੀ ਕਰੀ ਜਾਣਾ। ਕੁਦਰਤੀ ਗੁਆਂਢੀਆਂ ਨੇ ਆਪਣੇ ਕੋਠੀ ਦੇ ਵਿੱਚ ਰੰਗ ਰੋਗਨ ਪੇਟ ਕਰਾਉਣਾ ਸੀ, ਉਹ ਕਹਿਣ ਲੱਗੇ ਵੀ ਬੀਬਾ ਜੀ ਜੇ ਤੁਸੀਂ ਕੁਝ ਦਿਨ ਮਹਾਰਾਜ ਦਾ ਸਰੂਪ ਆਪਣੇ ਘਰ ਲੈ ਜਾਓ ਅਤੇ ਅਸੀਂ ਸਾਰੇ ਸੇਵਾ ਕਰ ਲਈਏ। ਉਹ ਕਹਿੰਦੇ ਠੀਕ ਹੈ ਜੀ, ਮਹਾਰਾਜ ਦਾ ਸਰੂਪ ਘਰ ਲਿਆਉਂਦਾ। ਉਹ ਕਹਿੰਦੇ ਮਾਈ ਲੈ ਤੂੰ ਮੈਨੂੰ ਮਿਹਣੇ ਮਾਰਦੇ ਸੀ ਵੀ ਮਹਾਰਾਜ ਤਾਂ ਹੁਣ ਘਰ ਆਪੇ ਆ ਗਿਆ, ਦੀਦੀ ਬਣ ਗਈ ਹੈ। ਅਤੇ ਲੜਕੀ ਨੇ ਸੰਥਿਆ ਪਾਠ ਕੀਤਾ ਸੀ, ਸ਼ੁੱਧ ਗੁਰਸਿੱਖ ਸੀ, ਉਹ ਆਪਣੇ ਪਤੀ ਦੇਵ ਨੂੰ ਕਹਿਣ ਲੱਗੀ ਕਿ ਆਪਾਂ ਮਹਾਰਾਜ ਪ੍ਰਸ਼ਾਦ ਕਰਕੇ ਅਤੇ ਪਾਠ ਆਰੰਭ ਕਰਨਾ ਵਿਧੀ ਨਾਲ ਜੋ ਮਰਜ਼ਾਦਾ ਪ੍ਰਾਣੀ ਹੈ, ਅਤੇ ਤੂੰ ਬਹਿ ਕੇ ਸੁਣੋ ਬਹਿ ਕੇ ਨਹੀਂ ਤਾਂ ਲੇਟਿਆ ਰਹੀਂ, ਅਤੇ ਜਿੰਨਾ ਚਿਰ ਤੇਰਾ ਮਨ ਮੰਨੇ ਉਨਾ ਚਿਰ ਮੈਂ ਪਾਠ ਕਰੂੰਗੀ। ਕਹਿਣ ਲੱਗਾ ਠੀਕ ਹੈ, ਪਾਠ ਆਰੰਭ ਕਰਦਾ ਅਤੇ ਉਹ ਹੁਣ ਸੁਣਦਾ। ਪਾਠ ਪੂਰਾ ਹੋਇਆ ਉਹ ਬਿਲਕੁਲ ਨੌਵਰਨ ਹੋ ਗਿਆ, ਅਤੇ ਹੁਣ ਸੱਸ ਨੂੰ ਕਹਿੰਦੀ ਵੀ ਦੱਸ ਕਿ ਮਹਾਰਾਜ ਦੀ ਕਲਾ ਹੈਗੀ ਹੈ ਕਿ ਨਹੀਂ ਹੈਗੀ, ਤੂੰ ਰੋਜ਼ ਮੈਨੂੰ ਝੇਡਾਂ ਕਰਦੀ ਸੀ, ਟਿਚਰਾਂ ਕਰਦੀ ਸੀ, ਮਸ਼ਕਰੀਆਂ ਕਰਦੀ ਸੀ, ਅਤੇ ਅੱਜ ਵੇਲੇ ਬਾਣੀ ਦਾ ਗੁਰੂ ਗ੍ਰੰਥ ਕਰਦੇ ਸੀ ਅਤੇ ਮੇਰਾ ਪੁੱਤ ਦਾ ਰਾਜੀ ਹੁੰਦਾ। ਉਹ ਕਹਿੰਦੀ ਹੁਣ ਮਹਾਰਾਜ ਵੀ ਆ ਗਿਆ, ਵਿਧੀ ਵੀ ਬਣ ਗਈ, ਹੁਣ ਰਾਜੀ ਹੋ ਗਿਆ ਕਿ ਨਹੀਂ ਹੋ ਗਿਆ, ਫਿਰ ਉਹਦੀ ਵੀ ਸ਼ਰਧਾ ਵੱਜ ਗਈ। ਸੋ ਇਸ ਵਾਸਤੇ ਹੈ ਜਿੰਨੇ ਪਾਪ ਆ ਜਿਸ ਤਰ੍ਹਾਂ ਦੀਵਾ ਬਲਣਾ ਹਨੇਰਾ ਦੂਰ ਹੋ ਜਾਂਦਾ,
इस तरह धर्म शास्त्रां दा गुरबाणी दा पाठ पूजा करन दे नाल दुख दलिद्र नाश हो जांदे। कई वीर कई प्रेमी मेरा ये काम हो जाए वो हो जाए पाठ सुख लेंदे काम हो जाता फिर भुल जाते फिर दुख भी भोगना पैदा सुखना नहीं लाई पहले तो सुखना सुखनी नहीं चाहिए जो सुख ले आए फिर ला देनी चाहिए। हूँ इतों दरबार साहब की सुखना सुख ले गए हैं तो थोड़ा दुख टुट जाता कला वरत जाती। इस वास्ते कहते कि अग नासन है भजन करने ना सारे पाप जड़े है वो नाश हो जाते हैं। देखन सुनन सुनावन उन्हां दा देखना सुनना ते सुनाना गुरु नूं महाराज दर्शन करदे महाराज दे वचन सुनदे महाराज दे वचन सुनाउंदे महाराज ने कहा जे मेरे नाल गल्लां करनियां बाणी पढ़ो वचन सुनने बाणी सुनियो ते कला जिहड़ी उह वरतेगी। देखन सुनन सुनावन देखना सुनना ते जिहड़ा उहनां दा सुनाउणा है मन मन दृढ़ियाए साच गुरु दे वचन नूं सच जान के ना मन विच दृढ़ विश्वास पक्का भरोसा कर लैंदा। पाकिस्तान बन गया सी उधर जेल धन गुरु नानक पातशाह दा एक अस्थान सी गुरद्वारा साहिब गुरुद्वारे का नाम से चोहा साहब उत्थे वो मुसलमान फकीर से उसकी बड़ी श्रद्धा सी उन्हें हर वेले पाठ की करना कोई जाए काबे कोई जाए गगा साडा चोहे आला नानक चंपा उदा तगिया कलाम सी बीबी जी बच्चे पासे ले जाओ सारी संगत नया करो वो फिर यही जाप करना हर वे तो कुदरती हाड़ा आ गया जड़े लोग दरियाव किनारे इन्होंने फिर थोड़ा बहुत पता लग जाता हम किस तरह के माहौल है। उदों बिजली ना सुंदियां दरियावान के किनारे फिर तीज मंजे डालने फिर ठंड है ठंडी हवा आती है वो फिर सारे चले गए कहते बाबा चलीए उन्हें आई पढ़ी जाना कोई जाए काबे कोई जाए गंगा साडा चोहे वाला नानक चंगा हड़ बहुत आ गया वो चला कहते भी हूँ वो फकीर तो रुड़ गया हूँ सवेरे उठे तो चलो देखिए उठे शरीर नहीं मिले दूर गए तो जी चारपाई से पिया से ना वो एक दरखत टंग हुई हुई तो वो तो बैठा यही पाठ करी जाता वो कहते बाबा जी तुम किवें बचे कहते बस कोई जाए काबे कोई जाए गंगा साडा चोहे नानक चंगा फिर उन्होंने बचा लिया। एक गल हैगी सिदक की विश्वास की भरोसे जिन्हों के मन में भरोसा नहीं वो कुछ भी प्राप्त नहीं करते क्योंकि मन च दृढ़ता नहीं परिपक्वता नहीं पर जोड़े गुरमुख है उन्हों का सुनना सुना बोलना बुलाना कोई भी करया जोड़े गुरु के बचन आ मन में दृढ़ एहसास उन्हां बचनां नूं सच जान के बचन गुरु जो पूरे कहो मैं छींक गांठरी बंदा वो बुद्धि रूपी पले च घुट के बन लेंदे गुरु महाराज दा बचन बचन दे विच बरकत है मन दे विच उन्हां बचनां नूं सच्चा जान के दृढ़ता दे नाल धारण कर लैंदे हन।
ਪੂਰ ਰਹਿਓ ਸਰਬਤਰ ਮੈਂ। ਅਤੇ ਉਹਨਾਂ ਦਾ ਵਿਸ਼ਵਾਸ ਇੰਨਾ ਹੈ ਕਿ ਪਰਮਾਤਮਾ ਸਰਬਤਰ ਸਾਰੀਆਂ ਜਗ੍ਹਾ ਵਿੱਚ ਪਰਿਪੂਰਨ ਹੋ ਰਿਹਾ ਹੈ। ਜਿਵੇਂ ਪ੍ਰਹਲਾਦ ਦਾ ਪਿਓ ਕਹਿੰਦਾ ਸੀ ਤੇਰਾ ਰਾਮ ਕਿੱਥੇ, ਉਹ ਕਹਿੰਦਾ ਹਰ ਜਗ੍ਹਾ ਹੀ। ਕਹਿੰਦੇ ਵਰਤ ਤੇ ਸਾਨੂੰ ਜੱਫੀ ਪਾਲਾ ਇਹਦੇ 'ਚ ਵੀ ਹੈਗਾ, ਕਹਿੰਦੇ ਇਹਦੇ 'ਚ ਵੀ ਹੈਗਾ। ਹੁਣ ਜੱਫੀ ਪਾ ਲਈ, ਉਹਨੂੰ ਕੋਈ ਸੇਕ ਨਹੀਂ ਲੱਗਿਆ। ਅਤੇ ਭਾਈ ਗੁਰਦਾਸ ਕਹਿੰਦੇ ਥੰਮ ਪਾੜੋ ਪ੍ਰਗਟਿਆ ਨਰਸਿੰਘ ਰੂਪ ਨੂੰ ਉਪਜਗਾ। ਨਰਸਿੰਘ ਜਿਹੜਾ ਸੀ ਨਾ ਮੁਲਤਾਨ ਵਿੱਚ, ਉਹ ਥੰਮ ਦੇ ਵਿੱਚੋਂ ਪ੍ਰਗਟ ਹੋ ਗਿਆ। ਇਸ ਵਾਸਤੇ ਉਹਦਾ ਵਿਸ਼ਵਾਸ ਸੀ ਕਿ ਹਰ ਜਗ੍ਹਾ ਹੀ ਪਰਮਾਤਮਾ ਹੈ, ਪੂਰੇ ਸਰਬਤਰ ਸਾਰੀਆਂ ਜਗ੍ਹਾ ਦੇ ਵਿੱਚ ਪਰਿਪੂਰਨ ਹੋ ਰਿਹਾ। ਅਤੇ ਜਦੋਂ ਇਹ ਜਾਣਗੇ ਸਾਰੀਆਂ ਜਗ੍ਹਾ ਜੀ ਪੂਰਨ ਹੈ, ਜਿੱਥੇ ਵੀ ਅਰਦਾਸ ਕਰੋ ਉੱਥੇ ਹੀ ਉਹ ਪ੍ਰਗਟ ਹੋ ਕੇ ਤੁਹਾਡੀ ਮੁਰਾਦ ਜਿਹੜੀ ਹੈ ਉਹ ਪੂਰੀ ਕਰ ਦਿੰਦਾ ਹੈ। ਤੁਹਾਡੀ ਮੁਰਾਦ ਜਿਹੜੀ ਪੂਰੀ ਕਰੇਗਾ। ਇਹ ਨਹੀਂ ਕਿ ਫਲਾਨੀ ਜਗ੍ਹਾ ਕੈਦ ਕੀਤਾ ਹੋਇਆ ਰੱਬ ਆ ਵੀ ਉੱਥੇ ਹੀ ਬੈਠਾ ਹੋ, ਉਹ ਤਾਂ ਸਾਰੀਆਂ ਜਗ੍ਹਾ 'ਚ ਹੀ ਕੋਈ ਜਗ੍ਹਾ ਐਸੀ ਹੈ ਨਹੀਂ ਜਿੱਥੇ ਨਹੀਂ ਹੈਗਾ। ਇਸ ਕਰਕੇ ਪੂਰਾ ਸਰਬਤਰ ਸਾਰੀਆਂ ਜਗ੍ਹਾ ਵਿੱਚ ਪਰਿਪੂਰਨ ਹੋ ਰਿਹਾ ਹੈ। ਨਾਨਕ ਹਰ ਰੰਗ ਰਾਚ। ਉਹ ਜਿਹੜੇ ਉਹਦੇ ਪਿਆਰੇ ਆ ਉਹ ਹਰੀ ਦੇ ਰੰਗ ਵਿੱਚ ਰਚੇ ਵਿਚੇ ਰਹਿੰਦੇ ਆ, ਬਸ ਉਸ ਆਨੰਦ ਦੇ ਵਿੱਚ ਉਹ ਮਸਤ ਰਹਿੰਦੇ। ਉਹਨਾਂ ਦੀ ਖੂੰਦ ਖੁਮਾਰੀ ਦੀ ਜਿਹੜੀ ਅਵਸਥਾ ਉਹ ਬਣ ਜਾਂਦੀ ਹੈ। ਹਰ ਵੇਲੇ ਉਸ ਆਨੰਦ ਦੇ ਵਿੱਚ ਬਾਬੇ ਮਸਤਾਨਾ ਰਹੇ, ਬਸ ਰੰਗ ਹੱਸਾ ਰੰਗ ਰੋਗ ਹੈ ਚੁੱਪ ਵੀ ਕਰ ਜਾਵੇ ਪਰਵਾਹ ਨਹੀਂ ਕਿਸੇ ਫੇਰੀ ਬਾਜ ਸੱਚਾ ਉਹ ਆਪਣੇ ਆਨੰਦ 'ਚ ਰਹਿੰਦੇ। ਮਨ ਦੇ ਉੱਤੇ ਕੋਈ ਲੋੜ, ਕੋਈ ਟੈਨਸ਼ਨ, ਕੋਈ ਡਿਪਰੈਸ਼ਨ ਹੈ ਹੀ ਨਹੀਂ, ਉਸ ਆਨੰਦ ਦੇ ਵਿੱਚ ਮਸਤ ਰਹਿੰਦੇ ਕਿਉਂਕਿ ਉਸ ਰੰਗ ਦੇ ਵਿੱਚ ਉਹ ਰਚੇ ਮਿਚੇ ਘੁਲ ਮਿਲ ਜਾਂਦੇ ਆ। ਅਤੇ ਜਿਵੇਂ ਹੁਣ ਦੁੱਧ 'ਚ ਪਾਣੀ ਪਾ ਦਿਓ ਦੁੱਧ ਵਿੱਚ ਰਲ ਗਿਆ, ਪਰ ਹੁਣ ਹੋਵੇ ਕਿਵੇਂ। ਅਤੇ ਹੰਸ ਜਿਹੜਾ ਉਹਦੀ ਸੋਝੇ ਕਟਿਆਈ ਜਿਹੜੇ ਪਾਉਂਦਾ ਦੁੱਧ ਪਾਸੇ ਪਾਣੀ ਪਾਸੇ ਜਾਂ ਟਾਟਰੀ ਪਾ ਦਿਓ ਫੇਰ ਵੀ ਹੋ ਜਾਂਦਾ। ਉਹ ਜਿਹੜੇ ਗਿਆਨਵਾਨ ਆ ਉਹਨਾਂ ਦੀ ਤੈਸੀ ਅਵਸਥਾ ਉਹ ਜਿਵੇਂ ਮੁੰਜ ਵਿੱਚੋਂ ਤੀਲ ਕੱਢ ਲਈ ਦੀ ਐਵੇਂ ਆਪਣੀ ਆਤਮਾ ਨੂੰ ਨਿਆਰਾ ਦੇ ਦਿੰਦੇ ਆ। ਬਾਕੀ ਜਿਹਨਾਂ ਦਾ ਸੰਸਾਰ ਆ ਉਹ ਮੋਹ ਮਮਤਾ ਦੇ ਵਿੱਚ ਹੀ ਫਸਿਆ। ਸੋ ਇਸ ਵਾਸਤੇ ਉਹ ਜਿਹੜੇ ਆ ਹਰ ਰੰਗ ਰਾਵ ਸਾੜੀ ਦੇ ਰੰਗ ਵਿੱਚ ਰਚੇ ਮਿਚੇ ਰਹਿੰਦੇ ਹਨ। ਪੌੜੇ ਹਰ ਏਕ ਨਿਰੰਜਨ ਗਾਈ ਆਏ ਸਭ ਅੰਤਰ ਸੋਏ। ਉਹ ਇੱਕ ਨਿਰੰਜਨ ਜਿਹੜਾ ਨਿਰੰਜਨ ਮਾਇਆ ਖਾਲ ਤੋਂ ਰਿਹਾ ਤੇ ਉਹਦਾ ਜਸ ਗਾਉਂਦੇ ਆ। ਉਹ ਨਿਰੰਜਨ ਹੈਗਾ ਕਿਹੋ ਜਿਹਾ ਸ਼ੁੱਧ ਸਰੂਪ, ਹਰੇਕ ਨਿਰੰਜਨ ਗਾਈਏ ਸਭ ਅੰਤਰ ਸਾਰਿਆਂ ਦੇ ਅੰਤਰ ਆਤਮੇ ਉਹ ਹੀ, ਉਸ ਤੋਂ ਭਿੰਨ ਤੋਂ ਕੋਈ ਨਹੀਂ। ਪਰ ਹੁਣ ਜਦੋਂ ਬੰਦਾ ਕੋਈ ਸ਼ਿਕਾਰ ਖੇਲਣ ਜਾਂਦਾ ਉਦੋਂ ਤਾਂ ਨਹੀਂ ਦੇਖਦਾ ਅਤੇ ਜਿਹੜਾ ਮੇਰੇ ਅੰਦਰ ਆ ਇਹਦੇ ਅੰਦਰ ਵੀ ਆ, ਉਹ ਤਾਂ ਆਪਣੇ ਮੂੰਹ ਦੇ ਚਸਕੇ ਵਾਸਤੇ ਫਿਰ ਜੀਵ ਹਿੰਸਾ ਕਰਦਾ, ਆਪਣੇ ਮੂੰਹ ਦੇ ਚਸਕੇ ਵਾਸਤੇ ਕਰਦਾ। ਅਤੇ ਬਾਬਾ ਗੁਲਾਬ ਸ਼ਾਹ ਮਹਿਲੀ ਸਾਹਿਬ ਹੋਏ ਆ ਉਹਨਾਂ ਦੇ ਗਨ ਸੇਵਕ ਮਾਤਾ ਜੀਵਾ ਸ਼ਾਹ, ਉਹਨਾਂ ਦੇ ਬਾਬੇ ਵਿਹਾਲ ਜਿਹੜੇ ਸੀ ਬਾਬਾ ਹੀਰਾ ਸੀ, ਉਹਨਾਂ ਦੇ ਸ਼ੇਰ ਦੇ ਡਮੇਲੀ ਵਾਲੇ ਬਾਬਾ ਦਲੀਪ ਸਿੰਘ ਸੀ। ਹੁਣ ਵੀ ਉਹ ਬਿਹਾਲ ਦੀ ਸੰਗ ਜਾ ਕੇ ਉੱਥੇ ਬੜੀ ਸੇਵਾ ਕਰਦੇ ਆ ਸਥਾਨ 'ਤੇ।
ਉਹ ਫਿਰ ਬੈਠੇ ਸੀਗੇ ਸ਼ਿਕਾਰੀ ਆਵੇ ਬੰਦੂਕਾਂ ਫੜੀਆਂ ਚ ਸੰਤਾਂ ਕੋਲ ਗਏ ਸੰਤ ਕਹਿਣ ਲੱਗੇ ਕਿਵੇਂ ਆਏ ਉਹ ਕਹਿੰਦੇ ਦਰਸ਼ਨ ਕਰਨ ਕਹਿੰਦੇ ਦਰਸ਼ਨ ਕਰਨ ਚੰਗੇ ਆਏ ਤੂੰ ਤਾਂ ਸ਼ਿਕਾਰ ਕਰਨਾ ਕਹਿੰਦੇ ਐਵੇਂ ਕੀ ਭੁੱਗੀਆਂ ਬਟੇਰੇ ਮਾਰਦੇ ਫਿਰਦੇ ਹਾਂ ਉਹਨਾਂ ਨਾਲ ਕਿਹੜਾ ਤੁਹਾਡਾ ਸਾਰਿਆਂ ਦਾ ਢਿੱਡ ਭਰਨਾ ਫਿਰ ਮੇਰਾ ਜਿਹੜਾ ਸਰੀਰ ਆ ਤੁਸੀਂ ਮੇਰਾ ਸ਼ਿਕਾਰ ਖੇਲ ਲਓ ਤੁਹਾਡਾ ਬਹੁਤਿਆਂ ਦਾ ਢਿੱਡ ਭਰ ਜੂਗਾ ਐਵੀਆਂ ਘੁੱਗੀਆਂ ਬਟੇਰੇ ਜਾਂ ਮਾਰਦੇ ਫਿਰਦੇ ਹਾਂ ਅਤੇ ਸਾਡਾ ਹੀ ਸ਼ਿਕਾਰ ਖੇਲੋ ਸੰਤ ਕਹਿਣ ਲੱਗੇ ਦਿੱਲੀ ਇਹ ਗੱਲ ਕਹੀ ਉਹ ਬੜੇ ਸ਼ਰਮਿੰਦੇ ਹੋਏ ਉਹ ਫਿਰ ਮਾਫ਼ੀ ਮੰਗਣ ਲੱਗ ਪਿਆ ਕਿ ਬਾਬਾ ਜੀ ਹੁਣ ਅੱਜ ਤੋਂ ਬਾਅਦ ਅਸੀਂ ਐਸਾ ਜੀਵ ਹਿੰਸਾ ਨਹੀਂ ਕਰਾਂਗੇ ਸੋ ਇਸ ਵਾਸਤੇ ਆਮ ਜਿੰਨਾ ਸੰਸਾਰ ਹੈ ਉਹ ਆਪਣੇ ਮੂੰਹ ਦੇ ਸਵਾਦ ਵਾਸਤੇ ਅੱਜ ਤਾਂ ਬੰਦਾ ਬੰਦੇ ਨੂੰ ਖਾਣ ਡਿਆ ਕੌਡੇ ਰਾਕਸ਼ ਬਣੇ ਪਏ ਅੱਗੇ ਤਾਂ ਕੌਡਾ ਰਾਕਸ਼ ਹੋਇਆ ਨਾ ਹੁਣ ਕੌਡੇ ਰਾਕਸ਼ ਬਹੁਤ ਹੈ ਮਿਣਤੀ ਮਿਣਤੀ ਬਗਾਨਾ ਹੱਕ ਜਿਹੜੇ ਖਾਂਦੇ ਆ ਕੌਡੇ ਰਾਕਸ਼ ਹੈ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰ ਪੀਰ ਹਾਨਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ ਗੱਲੀ ਭੇਸਣ ਪਾਈਏ ਝੂਟਾ ਸੱਚ ਕਮਾਏ ਸੋ ਇਸ ਵਾਸਤੇ ਫਿਰ ਉਹ ਦੇਖ ਲਓ ਮਹਾਂਪੁਰਸ਼ਾਂ ਨੇ ਕਿਹੜੇ ਢੰਗ ਨਾਲ ਵਚਨ ਕੀਤਾ ਅਤੇ ਉਹਨਾਂ ਦੀ ਭੈੜੀ ਆਦਤ ਜਿਹੜੀ ਸੀ ਛਡਾ ਦਿੱਤੀ ਸੋ ਇਸ ਕਰਕੇ ਮਹਾਰਾਜ ਕਹਿੰਦੇ ਸਭ ਅੰਤ ਸੋਈ ਉਹ ਸਾਰਿਆਂ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਨੂੰ ਵੇਖਦੇ ਆ ਇਸ ਕਰਕੇ ਉਹ ਬ੍ਰਹਮ ਗਿਆਨੀ ਅਤੇ ਕੁਛ ਬੁਰਾ ਨਾ ਹੋਵੇ ਜਿਹੜਾ ਗਿਆਨਵਾਨ ਆ ਉਤੋਂ ਕਿਸ ਤਰ੍ਹਾਂ ਦਾ ਬੁਰਾ ਨਹੀਂ ਨਾ ਹੁੰਦਾ ਉਹ ਤਾਂ ਫਿਰ ਸਾਰਿਆਂ ਦਾ ਹੀ ਭਲਾ ਹੀ ਕਰਦਾ ਇਸ ਕਰਕੇ ਇੰਦਰ ਨੇ ਪ੍ਰੀਖਿਆ ਵਾਸਤੇ ਕੀਤਾ ਹਵਨ ਦੇਵਤਾ ਅਤੇ ਇੰਦਰ ਜਿਹੜਾ ਇੱਕ ਜਿਹੜਾ ਸੀ ਬਾਜ ਬਣ ਗਿਆ ਅਤੇ ਦੂਜਾ ਬਟੇਰਾ ਬਣ ਗਿਆ ਅਤੇ ਉੱਥੇ ਉਹ ਰਿਸ਼ੀ ਬੈਠੇ ਸੀ ਦਦੀਚੀ ਰਿਸ਼ੀ ਉਹ ਆ ਗਿਆ ਉਹ ਜਿਹੜੇ ਬਟੇਰਾ ਸ਼ਰਨ ਵਿੱਚ ਆਇਆ ਉਹ ਕਹੇ ਫਿਰ ਮੈਂ ਮਾਸ ਉਹ ਕਹਿੰਦੇ ਵੀ ਸਾਡੀ ਸ਼ਰਨ 'ਚ ਆਇਆ ਅਸੀਂ ਇਹਨੂੰ ਦਿੰਦੇ ਨਹੀਂ ਉਹ ਕਹਿੰਦੇ ਜੇ ਮਾਸ ਚਾਹੁਣਾ ਅਤੇ ਤੈਨੂੰ ਅਸੀਂ ਆਪਣੇ ਸਰੀਰ ਦਾ ਦੇ ਦਿੰਦੇ ਇਹਦੇ ਬਰਾਬਰ ਕਹਿੰਦੇ ਚੱਲ ਇਵੇਂ ਕਿਵੇਂ ਸੀ ਉਹ ਸਰੀਰ ਦਾ ਦੇਈ ਗਿਆ ਤੋਲ ਕੇ ਅਤੇ ਸਾਰੇ ਸਰੀਰ ਦਾ ਮਾਸ ਜਿਹੜਾ ਸੀ ਉਹ ਕਰ ਲਿਆ ਉਹ ਸੀ ਵੀ ਦੇਵਤਿਆਂ ਦਾ ਮੁਖੀ ਜਿਹੜਾ ਇੰਦਰ ਸੀ ਦੈਂਤਾਂ ਤੋਂ ਹਾਰ ਜਾਂਦਾ ਸੀ ਜਿਹਲੇ ਪੁੱਛਿਆ ਉਹ ਕਹਿੰਦੇ ਵੀ ਦਦੀਚੀ ਰਿਸ਼ੀ ਜਿਹੜਾ ਆਪਣੇ ਸਰੀਰ ਦੀ ਹੱਡੀ ਦੇ ਉਹਦੇ ਮਸਾਲੇ ਦਾ ਹਥਿਆਰ ਤਿਆਰ ਕੀਤਾ ਜਾਏ ਫਿਰ ਤੂੰ ਦੈਂਤਾਂ ਨੂੰ ਖਤਮ ਕਰ ਦੇ ਉਹ ਇਸ ਢੰਗ ਨਾਲ ਆਵੇ ਵੇਲੇ ਆਏ ਅਤੇ ਉਹ ਰੱਖਿਆ ਕੀਤੀ ਅਤੇ ਆਪਣਾ ਸਰੀਰ ਦਾ ਮਾਪ ਦੇਤਾ ਜਿਹਲੇ ਦੇਖਿਆ ਲਵੇ ਪ੍ਰੀਖਿਆ ਜੀ ਪੂਰੇ ਉਤਰੇ ਅਤੇ ਉਹ ਮੁੜ ਕੇ ਸਰੀਰ ਉਹਨੇ ਅੰਮ੍ਰਿਤ ਛੱਡ ਕੇ ਫਿਰ ਉਵੇਂ ਕਿਵੇਂ ਕਰਦਾ ਇੱਕ ਸਾਖੀ ਮੈਂ ਵੀ ਤੁਹਾਡੀ ਹੱਡੀ ਚਾਹੀਦੀ ਉਹ ਕਹਿੰਦੇ ਵੀ ਹੱਡੀਆਂ ਤਾਂ ਰੱਬ ਨੇ ਪੂਰੀਆਂ ਹੀ ਪਾਈਆਂ ਵਾਧੂ ਤਾਂ ਕੋਈ ਹੈ ਨਹੀਂ ਉਹ ਕਹਿੰਦੇ ਮੇਰੇ ਸਰੀਰ ਦੇ ਲੂਣ ਛਿੜਕ ਦਿਓ ਗਾਂ ਚੱਟੂ ਗਈ ਅਤੇ ਹੱਡੀਆਂ ਨੰਗੀਆਂ ਉਹਨੂੰ ਤੁਹਾਨੂੰ ਜਿੰਨੀਆਂ ਲੋੜ ਹੈ ਕੱਢ ਲਓ ਕਹਿੰਦੇ ਵੀ ਉਹਨਾਂ ਨੇ ਕੱਢ ਕੇ ਮਸਾਲਾ ਬਣਾ ਕੇ ਉਹਦਾ ਹਥਿਆਰ ਬਣਾਇਆ ਉਹਦਾ ਨਾਮ ਬਜਰ ਪਾਕ ਸਾਸਨ ਹੈ ਉਹ ਪਹਾੜ 'ਤੇ ਵੀ ਮਾਰਿਆ ਜਾਏ ਸਵਾਹ ਹੋ ਜਾਂਦਾ ਇਸ ਕਰਕੇ ਜਿਹੜਾ ਰੱਬ ਦਾ ਨਾਮ ਹੈ ਉਹ ਬਜਰ ਪਾਕ ਸਾਸਨ ਦੀ ਨਿਆਂ ਆ ਉਹ ਪਾਪਾਂ ਨੂੰ ਤਬਾਹ ਕਰ ਦਿੰਦਾ ਸੋ ਇਸ ਵਾਸਤੇ ਉਹ ਜਿਹੜੇ ਗੁਰਮੁਖ ਪਿਆਰੇ ਹਰੇਕ ਨਿਰੰਜਨ ਗਾਈਏ ਸਭ ਅੰਤਰ ਸੋਈ ਸਾਰਿਆਂ ਆਪਣੇ ਅੰਤਰ ਆਤਮੇ ਜਾਣ ਕੇ
निरंजन के नाम बोलते हैं, किसी की हिंसा नहीं करते, बल्कि अपना शरीर का बलिदान दे के सारियां दी रक्षा कर देंगे। मैनू में पातशाह जी अपने शरीर का बलिदान दे के ते हिंदू धर्म की रक्षा की। इस तरह अपना बलिदान दे के किन्या नूं बचा जांदे, आप हिंसा सी करते हैं। इस करके कहिंदे सब अंतर सोई, सारियां दे अंदर उहदी जोत नूं अंतर जान के सारियां दा भला करदे हन। करण कारण समर्थ प्रभ जो करे सो होए। ओ प्रभु परमेश्वर सारे कारण करन वास्ते समर्थ है। औरंगजेब ने जोर लाया सी कि दो तो एक करन, ते नवें पातशाह नूं कहिंदे वी अगे तुहानूं हिंदू सिख मंनदे आ जी मुसलमान हो जाओ ते सारे मनणगे, जिड्डी वड्डी पदवी कहो वो भी जां होर जिहड़ा तुहाडे मन दी इच्छा पूरी हो जाएगी। वो कहने लगे सानू इच्छा है ही कोई नहीं, पूरी तो कराइए कोई इच्छा हो, इच्छा ही है। तो इस वास्ते वो फिर कहने लगा भी मैं दो तो एक करना। महाराज कहते भी तो करते पुरख के हाथ में गल हैगी है, तो अपनी मर्जी ना तो सारा कुछ होंदा नहीं। सूर्य तेरा चढ़ाया चढ़ता, चंद तेरा ना, होर जो फिरिया नदियां दरिया चलते हवा चलती आराम के हुक्म च ही। पर जो कि सत्ता मिल जाती वह भुल जाता। महाराज कहते चंगा फिर सवा मन मिल जा, अग ला के फूक दे, जल्द ठंडी हो स्वाद छान ली तो तेन उत्तर मिल। इन्हें किमें किया गया जल्द राख छाने तो तीन मिर्चा सावती, कहते उत्तर मिल गया। कहते तू दो तो एक करना चाहना, पर महाराज ने हुक्म है तीसर पंथ खालसा प्रगटाने। ये सातों बाद जड़े आ रहे हैं गुरु नानक साहब गद्दी से, वो तीजा पंथ खालसा प्रगट कर। जिमें अख चया डखा रड़कदा तो खालसा तेरे रड़कदा ही रहू। इस वास्ते अज तुम देख लो सारे संसार के अंदर खालसे जड़े है, जिमें अख च तीला रड़कदा है, जिमें शेर न घेरन वास्ते हरन तो बहुत लग जाते हैं पर वह घेरिया नहीं ना जाता, यतन तो बहुत होंगे पर फिर वो शेर जड़ा वो उन्होंने शिकार खेल लगे। सो इस वास्ते कहते वो सारे कारण करन वाला है, जो करना चाहता उमें किमें कर दिता। जेडे हिंदू लोग से वह कहते भी हूँ मुगलों का तप तेज है, जिमें दिन निकलते उमें किमें कढ ले। महाराज कहते यूँ थोड़े दिन निकलते होंगे, जो दादू दे दे रहे गए तो जैत राम कहता महाराज फिर तुमने झमेले ता ही हो। दादू जी ने कहा कि दादू कहता है कि दादू दावा छड़ के निर्दावे दिन कट, खेती सौदा कर गई इस व्यापारी दी हट। महाराज कहते हाँ जी दादू दावा बन के दुनिया लिए लुट, एक और सी खालसा और मरसी सब उठ। कहते जे दावा ना करिए फिर तो स्त्री की इज्जत भी सुरक्षित नहीं होनी, फिर बाल बच्चे बुढ़े देश भी सुरक्षित नहीं रहेगा, गुलामी आ जाएगी, माया जायदाद भी अपना भी सुरक्षित नहीं होएगा। ये तो फिर रखने वास्ते तो दावा बनना ही पेगा ना, उमें किमें होगा। इस वास्ते कहते महाराज कहते संत जी थोड़े लिए तो यही ठीक है, पर साड़ी सेवा संसार के भले ले लगी है तो फिर इस तरह ना करिए तो फिर दुष्ट लोग जड़े काबू नहीं आते। सो महाराज सच्चे पातशाह
ਕਿਹਾ ਵੀ ਇਸ ਤਰ੍ਹਾਂ ਦੇ ਨਹੀਂ ਨਿਕਲਦੇ। ਉਹ ਕਹਿਣ ਮੂੰਹ ਅੱਡੋ ਸਾਨੂੰ ਥੁੱਕ ਆਇਆ ਅਤੇ ਤੁਸੀਂ ਮੂੰਹ ਅੱਡੋ ਥੁੱਕੀ ਜਾਣ, ਟਿੱਕਾ ਲਾਇਆ ਅਤੇ ਚੱਟ ਲਿਆ ਜਾਏ, ਹਾਂਜੀ ਹੁਣ ਤੂੰ ਕਿਹੜਾ ਬ੍ਰਾਹਮਣ ਰਹਿ ਗਿਆ। ਮਹਾਰਾਜ ਕਹਿੰਦੇ ਇਉਂ ਨਹੀਂ ਦਿਨ ਨਿਕਲਦੇ ਹੁੰਦੇ, ਇਹ ਤਾਂ ਅਣਖ ਗੈਰਤ ਨੇ ਦਿਨ ਨਿਕਲਦੇ ਹੁੰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਹ ਕਹਿੰਦੇ ਦੋ ਤੋਂ ਇੱਕ ਆ, ਉਹ ਕਹਿੰਦੇ ਅਸੀਂ ਤੀਜਾ ਪੈਦਾ ਕਰਨਾ, ਅਤੇ ਇਸ ਕਰਕੇ ਉਹ ਸਾਰੇ ਕਾਰਨਾਂ ਨੂੰ ਸਮਰੱਥ ਆ, ਜੋ ਕਰਨਾ ਚਾਹੁੰਦੇ ਆ ਉਹ ਕਰਕੇ ਦਿਖਾ ਦਿੰਦੇ ਆ, ਗੱਲਾਂ ਨਹੀਂ ਪਰ ਤੱਕ ਦਿਖਾ ਦਿੰਦੇ ਹਨ। ਖਿਨ ਮੈਂ ਥਾਪ ਉਠਾਪ ਦਾ ਤਿਸ ਮਿਹਨ ਨਹੀਂ ਕੋਈ, ਉਹ ਇੱਕ ਖਿਨ ਵਿੱਚ ਸ੍ਰਿਸ਼ਟੀ ਦੀ ਸਿਰਜਣਾ ਕਰ ਲੈਂਦਾ, ਖਿਨ ਵਿੱਚ ਪਰਲੋ ਕਰ ਦਿੰਦਾ ਹੈ, ਅਤੇ ਤਿਸ ਮਿਹਨ ਨਹੀਂ ਕੋਈ, ਉਹ ਤੋਂ ਬਿਨਾਂ ਤਾਂ ਕੋਈ ਨਹੀਂ ਨਾ। ਹੁਣ ਕਿਸੇ ਜਗ੍ਹਾ ਭੁਚਾਲ ਆ ਕੇ ਕੀ ਕੁਝ ਹੋਇਆ, ਕਿਤੇ ਹੜ੍ਹਾਂ ਦੇ ਨਾਲ ਕਿੰਨਾ ਕੁਝ ਹੋਇਆ, ਕਈ ਪਹਾੜਾਂ 'ਤੇ ਰਹਿੰਦੇ ਸੀ ਵੀ ਇੱਥੇ ਕਿਹੜਾ ਪਾਣੀ ਆ ਜਾਓ ਉੱਚੀ ਜਗ੍ਹਾ, ਉਹ ਪਹਾੜੀਆਂ ਦੀਆਂ ਚੋਟੀਆਂ ਮੂੰਹਦੀਆਂ ਕਰ ਕਰ ਮਾਰੀਆਂ। ਇਸ ਵਾਸਤੇ ਉਹ ਜੋ ਵੀ ਕਰਨਾ ਚਾਹੁੰਦਾ ਉਹ ਕਰ ਲੈਂਦਾ, ਉਹ ਸਮਰੱਥ ਹੈ ਇੱਕ ਖਿਨ ਵਿੱਚ ਹੀ। ਖਿਨ ਮੈਂ ਉਪਤ ਪਰਲੋ ਕਰ, ਖਿਨ ਵਿੱਚ ਉਤਪਤੀ, ਖਿਨ ਵਿੱਚ ਇਹ ਪਰਲੋ ਕਰ ਦਿੰਦਾ ਹੈ, ਇਹ ਉਹਦੀ ਐਸੀ ਕਲਾ ਹੈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਏ, ਖੰਡਾਂ ਵਿੱਚ ਬ੍ਰਹਿਮੰਡਾਂ ਪਾਤਾਲਾਂ ਵਿੱਚ ਸਾਰੀਆਂ ਜਗ੍ਹਾ ਵਿੱਚੋਂ ਰਵਿਆ ਵਿਆਪਕ ਹੋ ਰਿਹਾ, ਕਿਸ ਤਰ੍ਹਾਂ ਜਿਵੇਂ ਲੱਕੜ 'ਚ ਆ ਗਿਆ, ਦੁੱਧ ਵਿੱਚ ਘੀ ਹੈ, ਫੁੱਲਾਂ ਵਿੱਚ ਬਾਸ਼ਨਾ ਹੈ, ਇਸ ਤਰ੍ਹਾਂ ਪਰਮਾਤਮਾ ਸਾਰੀਆਂ ਜਗ੍ਹਾ ਦੇ ਵਿੱਚ ਵਿਆਪਕ ਹੋ ਰਿਹਾ ਹੈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਏ, ਜਿਹਤੇ ਕਿਰਪਾ ਕਰਕੇ ਇਹ ਐਸੀ ਬੁਝਾਰਤ ਪਾ ਦਿੱਤੀ ਹੈ ਨਾ, ਆਮ ਨੂੰ ਪਤਾ ਨਹੀਂ ਲੱਗਦਾ ਜਿਵੇਂ ਬੁਝਾਰਤਾਂ ਪਾਉਂਦੇ ਨਾ, ਸਮਝ ਨਹੀਂ ਆਉਂਦਾ। ਜਿਹੜਾ ਬੁੱਝ ਲੈ ਕਹਿਣਗੇ ਬੜਾ ਸਿਆਣਾ ਹੈ, ਕਹਿੰਦੇ ਐਸੀ ਬੁਝਾਰਤ ਪਾਈ ਹੈ, ਜਿਹਨੂੰ ਆਪ ਬੁਝਾਏ ਉਹੀ ਬੁੱਝਦਾ, ਨਹੀਂ ਤਾਂ ਸੰਸਾਰ ਭਰਮ ਚੱਕਰ ਦੇ ਵਿੱਚ ਘੁੰਮ ਰਿਹਾ ਹੈ। ਉਹ ਜਿਹੜਾ ਪੁਰਸ਼ ਆ ਜਿਹਨੂੰ ਸਮਝ ਆਈ, ਉਹ ਪੁਰਸ਼ ਬੜਾ ਨਿਰਮਲ ਹੈ, ਬੜਾ ਪਵਿੱਤਰ ਹੈ, ਅਤੇ ਜਿਹਦਾ ਹਿਰਦਾ ਪਵਿੱਤਰ ਹੈ ਉਹਨੂੰ ਨਜ਼ਰ ਆਊ। ਉਹ ਜਿਵੇਂ ਕੋਈ ਨਹਾਉਣ ਗਿਆ ਅਤੇ ਸੇਠ ਉਹਦੇ ਗੱਲ 'ਚ ਬੜਾ ਹੀਰੇ ਜੜਤ ਹਾਰ ਸੀ, ਉਹ ਪੱਗ ਲਾ ਕੇ ਰੱਖੀ ਵਿੱਚ ਰਾਤਾਂ, ਉਹ ਇਲ ਨੇ ਸਮਝਿਆ ਖਾਣ ਵਾਲੀ ਚੀਜ਼ ਆ, ਉਹ ਚੁੱਕ ਕੇ ਲੈ ਗਈ। ਉਹ ਬੜਾ ਬੇਚਾਰਾ ਦੇਖੇ ਕਿ ਹੁਣ ਕਿਵੇਂ ਕਲਪੇ, ਉਹ ਹੁਣ ਆਲਣਾ ਉੱਤੇ ਸੀ ਅਤੇ ਉਹਦਾ ਫੋਟੋ ਜਿਹੜਾ ਸੀ ਪਾਣੀ 'ਚ ਪੈ, ਅਤੇ ਉਹ ਹਾਰਿਆ, ਜਿਹਦੇ ਪਾਣੀ 'ਚ ਵੜਨ 'ਤੇ ਹਾਰ ਮਿਲੇ ਨਾ, ਬੜੇ ਹੈਰਾਨ ਵੀ ਹਾਰ ਦਿਸ ਰਿਹਾ ਮਿਲਦਾ ਨਹੀਂ। ਕੋਈ ਸਿਆਣਾ ਮਹਾਂਪੁਰਸ਼ ਹੈ, ਉਹ ਕੀ ਕਰਦੇ ਵੀ ਬੜੇ ਪਾਵੇ ਹੋਏ ਫਿਰਦੇ, ਪਾਗਲ ਹੋਏ ਫਿਰਦੇ, ਕਹਿੰਦੇ ਆ ਕਹਿੰਦੇ ਅੱਛਾ ਉਹਨੇ ਦੇਖਿਆ ਵੀ ਹਾਰ ਤਾਂ ਜਿਹੜਾ ਉਹਦੇ ਆਲਣੇ 'ਚ ਪਿਆ, ਉੱਤੋਂ ਉਹਦਾ ਫੋਟੋ ਪੈ ਰਿਹਾ, ਉਹ ਦਰਿਆ 'ਤੇ ਚੜ੍ਹੇ ਤੋਂ ਉੱਤੋਂ ਲਾ ਲਿਆ। ਇਸ ਤਰ੍ਹਾਂ ਜਿਹੜਾ ਸੰਸਾਰ ਆ ਉਹ ਪਰਛਾਵਿਆਂ ਦੇ ਮਗਰ ਤੁਰਿਆ ਫਿਰਦਾ, ਜਿਹੜਾ ਮਹਾਂਪੁਰਖ ਹੈ ਉਹ ਅਸਲੀਅਤ ਨੂੰ ਫੜਦਾ, ਅਤੇ ਪਰਛਾਵਿਆਂ ਦੇ ਮਗਰ ਫਿਰਨੇ ਦੇ ਨਾਲ ਤਾਂ ਕੋਈ ਪ੍ਰਾਪਤੀ ਨਹੀਂ, ਅਸਲੀਅਤ ਜਾਣਨ ਨਾਲ ਹੈ। ਹੁਣ ਜਿਵੇਂ ਉਹ ਸਾਰੇ ਉਹਦਾ ਪਰਛਾਵਾਂ ਤਾਂ ਦੇਖ ਰਹੇ ਪਰ ਪ੍ਰਾਪਤੀ ਨਹੀਂ ਕਰ ਰਹੇ, ਅਤੇ ਜਦੋਂ ਕੋਈ ਸੰਤ ਮਹਾਂਪੁਰਸ਼ ਸਿਆਣੇ ਆਏ ਤਾਂ ਉਹਨਾਂ ਨੇ ਪ੍ਰਾਪਤੀ ਵੀ ਕਰਾ ਦਿੱਤੀ। ਇਸ ਤਰ੍ਹਾਂ ਜੇ ਸਾਹ ਬਜਾਏ ਸੋ ਬੁੱਝ ਸੀ ਨਿਰਮਲ ਜਨ ਸੋਏ, ਜਿਹਨੂੰ ਆਪ ਬਜਾ ਦੇ ਬੁੱਝਦਾ ਉਹ ਜਨ ਨਿਰਮਲ ਹੈ, ਉਹ ਜਨ ਪਵਿੱਤਰ ਹੈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਏ, ਖੰਡਾਂ ਬ੍ਰਹਿਮੰਡਾਂ ਦੀਪਾਂ ਸਾਰੀਆਂ ਜਗ੍ਹਾ ਵਿੱਚ ਉਹ ਰਵਿਆ, ਵਾਹਿਗੁਰੂ ਪਰਮੇਸ਼ਰ ਵਿਆਪਕ ਸਰੂਪ ਹੋ ਰਿਹਾ ਹੈ। ਜਿਸ ਆਪ ਬੁਝਾਏ ਸੋ ਬੁੱਝ ਸੇ
ਨਿਰਮਲ ਜਨ ਸੋਏ। ਇਹ ਗਿਆਨ ਦੀ ਗੱਲ ਜਿਹਨੂੰ ਵਜਾਵੇ ਬੁੱਝਦਾ, ਉਹ ਜਨ ਜਿਹੜਾ ਸੇਵਾਦਾਰ ਨਿਰਮਲ ਆ, ਬੜਾ ਪਵਿੱਤਰ ਹੈ। ਇਹੋ ਜਿਹਾ ਸੇਵਾਦਾਰ ਬਣ ਸਾਡੇ ਜਿਹੜੇ ਗੁਰੂ ਅਕਸ਼ ਸਿੰਘ ਲਾਂਗਰੀ ਹੁੰਦੇ ਸੀ, ਬੜੀ ਸੇਵਾ ਬੜੀ ਭਾਲ ਸੀ। ਇੱਕ ਸੰਤ ਬੜਾ ਅਮੀਰ ਸੀ ਅਤੇ ਸ਼ੌਕੀਨ ਵੀ ਬੜਾ ਸੀ। ਉਹ ਕਹਿੰਦਾ ਗੁਰੂ ਅਕਸ਼ ਸੁਣਨ ਕਿ ਸਾਨੂੰ ਵੀ ਗੁਰੂ ਅਕਸ਼ ਸਿੰਘ ਤੇਰੇ ਵਰਗੇ ਸੇਵਾਦਾਰਾਂ ਦੀ ਲੋੜ ਆ, ਕੋਈ ਸੇਵਾਦਾਰ ਮਿਲ ਜਾਏ। ਅਤੇ ਉਹ ਮੂਹਰਿਓਂ ਕਹਿੰਦੇ ਜਿਹੜੇ ਇਹੋ ਜਿਹੇ ਸੇਵਾਦਾਰ ਹੁੰਦੇ ਨਾ, ਉਹ ਬਾਬਾ ਜਵਾਲਾ ਸਿੰਘ ਜੀ ਵਰਗੇ ਸੰਤਾਂ ਨੂੰ ਮਿਲਦੇ ਹੁੰਦੇ ਆ। ਤੂੰ ਹੈਗਾ ਅਮੀਰ ਬੰਦਾ, ਅਮੀਰਾਂ ਦੇ ਸੇਵਾਦਾਰ ਨਹੀਂ ਹੁੰਦੇ, ਨੌਕਰ ਹੁੰਦੇ ਆ। ਉਹ ਵੀ ਤਨਖਾਹ ਦੀ ਰਾਤ ਦੇ ਹੁੰਦੇ ਨੌਕਰ। ਕਹਿੰਦੇ ਜਿਹੜੇ ਸੇਵਾਦਾਰ ਹੁੰਦੇ ਨਾ, ਉਹ ਬਾਬਾ ਜਵਾਲਾ ਸਿੰਘ ਜੀ ਵਰਗੇ ਸੰਤਾਂ ਨੂੰ ਮਿਲਦੇ ਹੁੰਦੇ ਆ। ਅਤੇ ਤੂੰ ਹੈਗਾ ਅਮੀਰ, ਅਮੀਰਾਂ ਦੇ ਨੌਕਰ ਹੁੰਦੇ ਆ, ਸੇਵਾਦਾਰ ਨਹੀਂ ਹੁੰਦੇ। ਇਸ ਕਰਕੇ ਸੇਵਾਦਾਰ ਉੱਥੇ ਆਉਂਦੇ ਜਿੱਥੇ ਉਹਨੇ ਕਲਿਆਣ ਪ੍ਰਾਪਤ ਕਰਨੇ ਆ, ਅਤੇ ਬਾਕੀ ਸੰਸਾਰੀ ਧੰਦਾ ਹੈਗਾ। ਸੋ ਇਸ ਕਰਕੇ ਜਿਹੜਾ ਇਹ ਗੱਲ ਬੁੱਝ ਲੈਂਦਾ, ਉਹ ਜਨ ਬੜਾ ਨਿਰਮਲ ਪਵਿੱਤਰ ਅਤੇ ਦੇਖ ਲਓ ਉਤਰ ਕਿਹੋ ਜਿਹਾ ਦਿੱਤਾ, ਉਹਨੂੰ ਮੁਰੇ ਕੋਈ ਬਚਣੇ ਨਹੀਂ ਆਇਆ। ਕਿਉਂਕਿ ਸੇਵਾ ਕਰ ਕਰ ਹਿਰਦਾ ਸ਼ੁੱਧ ਹੋ ਜਾਂਦਾ, ਉਹਨਾਂ ਦੇ ਅੰਦਰੋਂ ਹੀ ਐਸੇ ਗਿਆਨਮਈ ਬਚਨ ਜਿਹੜੇ ਉਹ ਸਪੁਰਨ ਹੋ ਜਾਂਦੇ ਆ। ਉਹ ਜਨ ਜਿਹੜੇ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਬਚਨ ਵਿੱਚ ਹੁਕਮ 'ਚ ਰਹਿ ਕੇ ਕਮਾਈ ਕਰਦੇ ਆ, ਉਹ ਜਨ ਨਿਰਮਲ ਬੜੇ ਪਵਿੱਤਰ ਹੋ ਜਾਂਦੇ ਆ। ਇਹ ਸ਼ਬਦ ਦੀ ਵਿਚਾਰ ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਅਗਲੇ ਸਮੇਂ ਦੀ ਉਡੀਕ ਕਰਿਓ, ਕੱਲ੍ਹ ਫਿਰ ਆਪਾਂ ਕੀਰਤਨ ਤੋਂ ਬਾਅਦ ਬਾਣੀ ਦੀ ਵਿਚਾਰ ਕਰਾਂਗੇ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗਿਆਨੀ ਜੀ ਦਾ ਵੀ, ਸਾਰੀਆਂ ਸੰਗਤਾਂ, ਸਾਰੇ ਸੇਵਾਦਾਰਾਂ ਦਾ। ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮ ਦਾਨ ਸਿੱਖੀ ਸਿਰ ਭਰੋਸਾ ਬਖਸ਼ਿਸ਼ ਕਰਨ। ਸੋ ਇਸ ਤਰ੍ਹਾਂ ਸੰਤ ਬਾਬਾ ਜੋਗਿੰਦਰ ਸਿੰਘ ਜੀ, ਉਹ ਕੁਦਰਤੀ ਆਪਣੇ ਦੇਸ਼ ਉੱਧਰ ਗਏ ਹੋਏ, ਪਰ ਸੰਗਤਾਂ ਦਾ ਪਿਆਰ ਸੀ ਗਿਆਨੀ ਜੀ ਦਾ, ਅਤੇ ਮਹਾਰਾਜ ਨੇ ਬਹਾਨਾ ਬਣਾ ਦਿੱਤਾ। ਆਪਾਂ ਰਲ ਮਿਲ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਇਹ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਨਿਵਾਸ ਕਰਨ। ਵਾਹਿਗੁਰੂ ਜੀ।